ਸਿੱਧੂ ਮੂਸੇਵਾਲਾ ਦੀ ਪਪੂਲਾਰਿਟੀ ਦਿਨੋ-ਦਿਨ ਵਧਦੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਹਾਲੀ ਦੇ ਵਿੱਚ ਇੱਕ ਅਜਿਹੀ ਅਪਡੇਟ ਸਾਹਮਣੇ ਆਈ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਇੱਕ ਵਾਰ ਲਈ ਖੁਸ਼ ਤਾਂ ਕੀਤਾ WWE ਫੈਨ ਜੌਨਸਨ ਨੇ ਫੋਲੋ ਕੀਤਾ ਸਿੱਧੂ ਮੂਸੇਵਾਲਾ ਨੂੰ ਜੀ ਹਾਂ ਟਵਿੱਟਰ ਤੇ WWE 스타 ਜੌਨਸਨ ਨੇ ਫੋਲੋ ਕਰ ਦਿੱਤਾ ਸਿੱਧੂ ਮੂਸੇਵਾਲਾ ਨੂੰ ਸਿੱਧੂ ਮੂਸੇਵਾਲਾ ਜਿਹਨਾਂ ਨੂੰ ਟਵਿੱਟਰ ਤੇ ਵੀ 3 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਨੇ ਤੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜੌਨਸਨ ਨੇ ਵੀ ਸਿੱਧੂ ਮੂਸੇਵਾਲਾ ਨੂੰ ਟਵਿੱਟਰ ਤੇ ਫੋਲੋ ਕੀਤਾ। ਵਾਲੇ ਅਪਡੇਟ ਇਹ ਨਿਊਜ਼ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਸਕਰੀਨਸ਼ਾਟ ਨੂੰ ਇਸ ਨਿਊਜ਼ ਨੂੰ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵੱਲੋਂ ਦੇ ਫੈਟ ਪੇਜੀਸ ਦੇ ਵੱਲੋਂ ਕਾਫੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਇੱਥੇ ਹੀ ਸਿੱਧੂ ਮੂਸੇਵਾਲਾ ਦੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਨੇ ਕਮੈਂਟਸ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਸਿੱਧੂ ਮੂਸੇਵਾਲਾ ਜੋ ਕਿ ਫੈਨਸ ਦੇ ਦਿਲਾਂ ਦੀ ਧੜਕਣ ਅੱਜ ਬਣੇ ਹੋਏ ਨੇ ਤੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਪੌਪੁਲੈਰਿਟੀ ਵੀ ਹੁਣ ਦਿਨੋ ਦਿਨ ਵਾਧੀ ਹੀ ਜਾ ਰਹੀ ਹੈ ਜਿੱਥੇ ਇੰਸਟਾਗ੍ਰam ਤੇ ਉਹਨਾਂ ਨੂੰ 14 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਨੇ ਉੱਥੇ ਇਹਨਾਂ ਦੇ ਟਵਿੱਟਰ ਤੇ ਵੀ ਕਈ ਸਾਰੇ ਫਾਲੋਅਰਸ ਨੇ ਹੁਣ ਜਦੋਂ WWE ਦੇ ਸਟਾਰ ਜான் ਸినా ਨੇ ਉਹਨਾਂ ਨੂੰ ਫੋਲੋ ਕੀਤਾ ਤੇ ਇੱਕ ਵਾਰ ਫਿਰ ਤੋਂ ਬਜ਼ ਕ੍ਰੀਏਟ ਹੋ ਚੁੱਕਾ ਹੈ ਸਿੱਧੂ ਮੂਸੇਵਾਲਾ ਦੇ ਇਸ ਟਵਿੱਟਰ ਅਕਾਊਂਟ ਦੇ ਬਾਰੇ ਤੇ ਹਾਲ ਹੀ ਦੇ ਵਿੱਚ ਜான் ਸినా ਦੇ ਵੱਲੋਂ ਉਹਨਾਂ ਨੂੰ ਟਵਿੱਟਰ ਤੇ ਫੋਲੋ ਕੀਤਾ ਗਿਆ ਵੱਲ ਦੱਸਦੀ ਕਿ ਸਿੱਧੂ ਉਸੇ ਵਾਲਾ ਜਿੱਥੇ ਕੀ ਕਾਫੀ ਜ਼ਿਆਦਾ ਪਪੂਲਰ ਨਹੀਂ ਦਰਸ਼ਕੋਨਾਂ ਨੂੰ ਪਸੰਦ ਕਰਦੇ ਨਹੀਂ ਦੂਜੇ ਪਾਸੇ ਜੌਨ ਸਿਨਾ ਵੀ ਵਰਲਡਵਾਈਡ ਫੇਮਸ ਨੇ ਜੋ ਕਿ ਡਬਲਯੂ ਡਬਲਯੂਈ ਦੇ ਫੈਨਸ ਨੇ ਡਬਲਯੂ ਡਬਲਯੂਈ ਦੇਖਦੇ ਨੇ ਜੌਨ ਸਿਨਾ ਬਹੁਤ ਵੱਡੇ ਸਟਾਰ ਨੇ ਨਾਲੇ ਤੇ ਜੌਨਸਿਨਾ ਨੂੰ ਵਰਲਡਵਾਈਡ ਕਾਫੀ ਸਾਰੇ ਲੋਕ ਜਾਣਦੇ ਨੇ ਕਾਫੀ ਸਾਰੀ ਫੈਨ ਫਾਲੋਇੰਗ ਹੈ ਜੌਨਸਿਨਾ ਦੀ ਵਰਲਡਵਾਈਡ ਤੇ ਇੰਸਟਾਗ੍ਰਾਮ ਤੇ ਉਹਨਾਂ ਨੂੰ 19 ਮਿਲੀਅਨ ਯਾਨੀ ਕਿ 1 ਕਰੋੜ 90 ਲੱਖ ਤੋਂ ਵੀ ਵੱਧ ਲੋਕ ਫਾਲੋ ਕਰਦੇ ਨੇ ਤੇ ਦੱਸਦੀ ਹੈ ਕਿ ਜੌਨਸਿਨਾ ਕਿਸੇ ਨੂੰ ਵੀ ਇੰਸਟਾਗ੍ਰਾਮ ਤੇ ਫਾਲੋ ਨਹੀਂ ਕਰਦੇ ਨੇ ਲੇਕਿਨ ਉਹਨਾਂ ਨੇ ਆਪਣੇ ਟਵਿੱਟਰ ਤੇ ਸਿੱਧੂ ਮੂਸੇਵਾਲਾ ਨੂੰ ਫੋਲੋ ਕੀਤਾ ਸੋ ਸਿੱਧੂ ਮੂਸੇਵਾਲਾ ਲਈ ਜੋ ਪਿਆਰ ਹੈ ਲੋਕਾਂ ਦੇ ਦਿਲਾਂ 'ਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਉਹਨਾਂ ਦੀ ਪੋਪੁਲੈਰਿਟੀ ਵੀ ਦਿਨੋਂ-ਦਿਨ ਵਧ ਰਹੀ ਹੈ ਤੇ ਦੱਸਦੀ ਕਿ ਸਿੱਧੂ ਮੂਸੇਵਾਲਾ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਨੇ ਇਸ ਤੋਂ ਇਲਾਵਾ ਇਹ ਵੀ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਵੀ ਕਾਫੀ ਜ਼ਿਆਦਾ ਪਿਆਰ ਮਿਲਿਆ ਹੈ ਤੇ ਸਿੱਧੂ ਮੂਸੇਵਾਲਾ ਦਾ YouTube ਚੈਨਲ ਹੈ ਜੋ ਉਹ ਵੀ ਕਰੀਬ 21 ਮਿਲੀਅਨ ਦੇ ਕਰੀਬ ਸਬਸਕ੍ਰਾਈਬਰ ਉਸਦੇ ਹੋਣ ਵਾਲੇ ਨੇ ਹਾਲੀ ਦੇ ਵਿੱਚ ਜਦੋਂ ਮੇਰਾ ਨਾ ਗੀਤ ਰਿਲੀਜ਼ ਹੋਇਆ ਸੀ ਉਸ ਦੇ ਇਸ ਸਬਸਕ੍ਰਾਈਬਰ 20 ਮਿਲੀਅਨ ਹੋ ਚੁੱਕੇ ਹਨ ਸੋਹਣ ਜਲਦੀ ਹੀ ਇਹ ਚੈਨਲ 21 ਮਿਲੀਅਨ ਵਾਲੇ ਸਬਸਕ੍ਰਾਈਬਰ ਮਾਰਕ ਨੂੰ ਹਿੱਟ ਕਰ ਦੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਸਿੱਧੂ ਮਸੇਵਾਲਾ ਦਾ ਗੀਤ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਬਸ ਇੰਨਾ ਹੀ ਤੇ ਪਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ